ਕਲਾਨੌਰ ਵਿਖੇ ਹੋਈ ਇਕੱਤਰਤਾ ਦੌਰਾਨ ਪੰਥ ਸੇਵਕ ਸ਼ਖਸੀਅਤਾਂ ਵੱਲੋਂ ਕੀਤੀ ਗਈ ਵਿਸ਼ੇਸ਼ ਚਰਚਾ। ਮਹਾਰਾਸ਼ਟਰ ਵਿਖੇ ਸਿੱਖ ਨੌਜਵਾਨਾਂ ਤੇ ਹੋਏ ਕਾਤਲਾਨਾ ਹਮਲੇ ਦੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੰਦਾ। ਸ਼੍ਰੋਮਣੀ ਕਮੇਟੀ ਦੀ ਮੰਗ ਤੇ ਐਨਸੀਈਆਰਟੀ ਦੀ 12ਵੀਂ ਜਮਾਤ ਦੀ ਕਿਤਾਬ ਵਿੱਚੋਂ ਹਟਾਇਆ ਜਾਵੇਗਾ ਖਾਲਿਸਤਾਨ ਸ਼ਬਦ ਦਾ ਜ਼ਿਕਰ। ਪੰਥ ਸੇਵਕ ਸ਼ਖਸੀਅਤਾਂ ਵੱਲੋਂ ਗੁਰਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨਾਲ ਕੀਤੇ ਜਾ ਰਹੇ ਤਾਲਮੇਲ ਤੇ ਵਿਚਾਰ ਵਟਾਂਦਰੇ ਤਹਿਤ 18 ਮਈ 2023 ਨੂੰ ਇੱਕ ਇਕੱਤਰਤਾ ਕਲਾਨੌਰ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਉਸਾਰੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਬੋਲਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਾਡੇ ਸਮਿਆਂ ਦੇ ਇੱਕ ਵੱਡੇ ਵਿਦਵਾਨ ਨੇ ਘੱਲੂਘਾਰਾ ਜੂਨ 1984 ਬਾਰੇ ਕਿਹਾ ਸੀ ਕਿ ਸਾਨੂੰ ਇਸ ਜ਼ਖਮ ਨੂੰ ਨਾ ਸੂਰ ਨਹੀਂ ਬਣਨ ਦੇਣਾ ਚਾਹੀਦਾ, ਬਲਕਿ ਇਸ ਨੂੰ ਸੂਰਜ ਬਣਾ ਕੇ ਆਪਣੇ ਅਗਲੇ ਰਾਹ ਰੁਸ਼ਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅੱਜ ਦੇ ਅਸਥਿਰਤਾ ਦੇ ਸਮੇਂ ਵਿੱਚ ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਆਦਰਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਆਪਣੇ ਜੀਵਨ ਰਾਹੀਂ ਰਾਜ ਤੇ ਸਮਾਜ ਬਾਰੇ ਸਿੱਖ ਸੰਕਲਪਾਂ ਨੂੰ ਸੰਸਾਰ ਸਾਹਮਣੇ ਪ੍ਰਗਟ ਕਰਨਾ ਚਾਹੀਦਾ ਹੈ। 71 ਹੋਏ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਗੱਲ ਕਰਨ ਤੋਂ ਪਹਿਲਾਂ ਮੈਂ ਕੁਛ ਗੱਲ ਤੀਜੇ ਘੱਲੂਘਾਰੇ ਬਾਰੇ ਕਰੂੰਗਾ, ਕਿਉਂਕਿ ਹੁਣ ਉਹ ਦਿਹਾੜੇ ਆਉਣ ਵਾਲੇ ਨੇ। ਇਹ ਦਿਹਾੜਾ ਆਪਾਂ ਪਿਛਲੇ ਲੰਬੇ ਸਮੇਂ ਤੋਂ ਇਹਨੂੰ ਯਾਦ ਵੀ ਕਰਦੇ ਹਾਂ, ਮਨਾਉਂਦੇ ਵੀ ਹਾਂ ਅਤੇ ਆਪਣੇ ਮਨ ਮਕਸਦ 'ਚ ਉਤਾਰਦੇ ਹਾਂ। ਅਤੇ ਇਸੇ ਤਰ੍ਹਾਂ ਜਿਹੜਾ ਸਟੇਟ ਆ, ਦੁਸ਼ਮਣ ਆ, ਉਹਦੀ ਲਗਾਤਾਰ ਇਹੀ ਕੋਸ਼ਿਸ਼ ਰਹੀ ਪਹਿਲੇ ਦਿਨ ਤੋਂ ਕਿ ਕਿਸ ਤਰੀਕੇ ਨਾਲ, ਕਿਸੇ ਵੀ ਤਰੀਕੇ ਨਾਲ ਆਪਾਂ ਇਹਨੂੰ ਭੁੱਲ ਭੁਲਾ ਜਾਈਏ ਅਤੇ ਅਸੀਂ ਉਹਨੂੰ ਯਾਦ ਕਰਦੇ ਹਾਂ। ਅਤੇ ਇਹਦੇ ਵਿੱਚ ਆਪਾਂ ਕਾਮਯਾਬ ਹੋਏ ਹਾਂ ਕਿ ਅਸੀਂ ਉਹ ਯਾਦ ਨੂੰ ਬਣਾਈ ਰੱਖਿਆ ਆ। ਸਗੋਂ ਹਰ ਵਾਰ ਤੁਸੀਂ ਦੇਖੋ ਕਿ ਜਿਹੜੀ ਉਹ ਯਾਦ ਆ ਉਹ ਨਿਖਰਦੀ ਆ, ਉਹਦੀ ਹੋਰ ਡੰਗਾਈ ਅਤੇ ਉਹਦੀ ਹੋਰ ਪਸਾਰ ਵੱਧਦੇ ਨੇ। ਇਹਨਾਂ ਦੇ ਇੰਨੇ ਯਤਨਾਂ ਦੇ ਬਾਵਜੂਦ ਵੀ ਕਿਸ ਤਰੀਕੇ ਨਾਲ ਆਪਾਂ ਭੁੱਲ ਜਾਈਏ, ਉਸ ਦੇ ਬਾਵਜੂਦ ਇਹ ਸਿੱਖਾਂ ਦੀ ਇੱਕ ਵੱਡੀ ਪ੍ਰਾਪਤੀ ਆ ਕਿ ਅਸੀਂ ਇਸ ਤਰੀਕੇ ਨਾਲ ਕਰ ਸਕੇ। ਇਹ ਤਾਂ ਕਰ ਸਕੇ ਕਿ ਜਿਹੜਾ ਉਹ ਘੱਲੂਘਾਰਾ ਸੀ, ਜੋ ਸ਼ਹਾਦਤਾਂ ਸੀ, ਜੋ ਯੰਗ ਸੀ, ਉਹਦੇ ਜੋ ਮਹੱਤਵ ਆ ਉਹ ਬਹੁਤ ਹੀ ਵੱਡੇ ਆ। ਉਹ ਸਾਡੀ ਹੋਂਦ ਨਾਲ, ਸ੍ਰਿਸ਼ਟੀ ਦੀ ਹੋਂਦ ਨਾਲ ਜੁੜੇ ਹੋਏ ਆ। ਹਾਲੇ ਤੱਕ ਅਸੀਂ ਉਹ ਸਾਰੀਆਂ ਪਰਤਾਂ ਸਮਝ ਨਹੀਂ ਸਕੇ, ਨਾ ਫਰੋਲ ਸਕੇ ਹਾਂ। ਜਿਸ ਤਰੀਕੇ ਨਾਲ ਸਟੇਟ ਨੇ ਇੱਕ ਵਰਤਾਂਤ ਬੁਣਿਆ ਸੀ, ਹੁਣ ਵੀ ਕਰਦੇ ਆ ਉਹ ਲਗਾਤਾਰ, ਕਿ ਇਹ ਜਿਹੜਾ ਉਹਨਾਂ ਨੂੰ ਉਹ ਇਹਨੂੰ ਓਪਰੇਸ਼ਨ ਕਹਿੰਦੇ ਸੀ ਅਤੇ ਆਪਾਂ ਇਹਨੂੰ ਹਮਲਾ ਕਹਿੰਦੇ ਹਾਂ। ਇਹ ਕੀਤਾ, ਇਹ ਅਮਨ ਕਾਨੂੰਨ ਦੀ ਸਮੱਸਿਆ ਸੀ, ਅੱਤਵਾਦ ਨਾਲ ਜੋੜਦੇ ਆ, ਦਹਿਸ਼ਤਵਾਦ ਨਾਲ ਜੋੜਦੇ ਆ, ਕਈ ਵਾਰ ਫਿਰ ਉਹ ਸਥਾਨਕ ਕਾਰਨਾਂ ਕਰਕੇ ਜੋੜਦੇ ਆ, ਆਰਥਿਕ ਕਾਰਨਾਂ ਕਰਕੇ ਜੋੜ ਦਿੰਦੇ ਆ, ਕਈ ਵਾਰ ਸਮਾਜਿਕ ਉਥਲ ਪੁਥਲ ਨਾਲ ਜੋੜਦੇ ਆ, ਕਈ ਵਾਰ ਸਿਆਸਤ ਨਾਲ ਜੋੜ ਦਿੰਦੇ ਆ ਇੰਡੀਆ ਦੀ, ਕਈ ਵਾਰ ਅੰਤਰਰਾਸ਼ਟਰੀ ਸਾਜਿਸ਼ ਨਾਲ ਜੋੜ ਦਿੰਦੇ। ਇਹ ਸਾਰੇ ਤਰੀਕੇ ਵਰਤਾਂਤ ਵਿਆਖਿਆ ਉਹਨਾਂ ਨੇ ਲੈ ਕੇ ਆਉਂਦੀਆਂ, ਇਹ ਸਾਰੇ ਹੀ ਪ੍ਰੋਪੋਗੰਡਾ ਸੀ। ਜਿਹੜੀ ਅਸਲ ਗੱਲ ਆ, ਜਿਸ ਕਰਕੇ ਅਸੀਂ ਦਿਨੋਂ ਦਿਨ ਇਹ ਜਿਹੜਾ ਵਰਤਾਰਾ ਆ, ਇਹ ਸ਼ਹਾਦਤਾਂ ਆ, ਸਾਡਾ ਰਾਹ ਰੁਸ਼ਨਾ ਰਹੀਆਂ ਆ, ਸਾਡਾ ਰਾਹ ਅੱਗੇ ਸਪਸ਼ਟ ਕਰ ਰਹੀਆਂ, ਉਹ ਇਹ ਆ ਕਿ ਉਹਦੇ ਮਹੱਤਵ ਬਹੁਤ ਵੱਡੇ ਸੀ। ਜਿਹੜਾ ਇਹ ਵਿਪਰ ਦਾ ਹਮਲਾ ਸੀ, ਵਿਪਰ ਦੇ ਤਖ਼ਤ ਦਾ, ਇਹ ਸ਼ਬਦ ਗੁਰੂ 'ਤੇ ਹਮਲਾ ਸੀ, ਜੋ ਉਹ ਲੰਬੇ ਸਮੇਂ ਤੋਂ ਜਿਸ ਦੀ ਤਾਕ ਵਿੱਚ ਸੀ, ਗੁਰੂ ਗ੍ਰੰਥ ਸਾਹਿਬ 'ਤੇ ਹਮਲਾ ਸੀ। ਉਹਦੇ ਨਾਲ ਹੀ ਇਹ ਗੁਰੂ ਖਾਲਸਾ ਪੰਥ 'ਤੇ ਹਮਲਾ ਸੀ, ਅਕਾਲ ਤਖ਼ਤ 'ਤੇ ਹਮਲਾ ਸੀ। ਅਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਨੂੰ ਖਤਰਾ ਸੀਗਾ, ਜਿਹੜਾ ਹਾਲੇ ਆਪਾਂ ਉਸ ਬਾਰੇ ਇੰਨਾ ਚਿਤਨ ਨਹੀਂ, ਉਨੀ ਸਮਝ ਨਹੀਂ, ਉਹ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਜ ਸਮਾਜ ਦਾ ਇੱਕ ਨਕਸ਼ਾ ਆ, ਜੋ ਮਨੁੱਖ ਦੀ ਤਰਜ਼ੇ ਜ਼ਿੰਦਗੀ ਦਾ ਇੱਕ ਬਿਆਨ ਆ, ਉਹਦੇ ਖਿਲਾਫ ਹਮਲਾ ਸੀ। ਇਹ ਜਿੰਨੇ ਵੀ ਤਖ਼ਤ ਆ, ਇਹਨਾਂ ਨੂੰ ਪਤਾ ਕਿ ਜੋ ਅਸਲ ਗੱਲ ਇੱਥੇ ਪਈ ਆ, ਕਿ ਉਹ ਇੱਕ ਦਿਨ ਦੁਨੀਆ ਨੇ ਉੱਧਰ ਵੱਲ ਨੂੰ ਜਾਣਾ ਹੀ ਜਾਣਾ ਆ। ਇਹ ਅਚੇਤ ਰੂਪ 'ਚ ਇੱਕ ਉਹ ਹਮਲਾ ਸੀ ਕਿ ਇਹ ਹੋਰ ਨਾਂ ਦੇ ਕੇ ਉਹਨੂੰ ਨੱਪ ਦਿੱਤਾ ਜਾਵੇ। ਅਤੇ
अपना फर्ज की बनता अपने शहीदों को याद करते हैं उन्होंने बरसियां मनाने इस वर्तारे नू भी सदा अपने नाल रखते हैं। हुण अपना फर्ज की बनता है जिवें अपने एक विद्वान ने कहा सी कि इहनू तुसीं इस याद नू नसूर नहीं बन देना एक दगदा सूरज बना के अपने अगों दे राह रोशन होने ने। वो साढ़े समयां दा वड्डा विद्वान सी प्रोफेसर गुरभगत सिंह ये गल्लां उन्हां दीआं बड़ियां डूंघियां सी। नसूर तो उन्हां दा मतलब सी कि असी रुदन नहीं करना कि साढ़े ते आ हो गया आ तक्का हो गया आ गल हो गई जिद्दां अज साढ़े कई हिस्से करदे आ वो इस तरह ही करदे रहिंदे कुछ आपां मंगणा किसे तों जां अपने आप नूं मजलूम सिद्ध करना जां रुदन करना कि साढ़े नाल आ तक्किया हो गया साढ़े नाल आ हो गया साडी पछाण नूं खतरा सानूं आ नूं खतरा। ये साडा खालसे दा तरीका नहीं। खालसा कदी भी मजलूम नहीं सी वो कदी उन्हें किसी तो कदी नहीं मंगिया वो इस करके बने ही नहीं। उन्हें तो अपने सिद्धांतां दे गुरु ते चल के परंपरा दी रोशनी विच इहो जी तरज़े जिंदगी इहो जिहा समाज राज सिजना कि सारे उहदे वल देखण तो सेध लैण। वो देण वाला या मंगण वाला नहीं है। तो दगदे सूरज वाली जिहड़ी गल आ उह इह आ कि असी हुण गुरु खालसा पंथ ने खास करके जिम्मेवारी बनती आ नौजवानों की। उन्होंने गुरु ग्रंथ साहब साड़ी परंपरा दे विच खड़ के अज दे समय विच अज दे ज्ञान ज्ञान बोध च खड़ के दुनिया सामने खालसे की असल जो देखिया वो पेश करनी है। जो राज हलीमी राज जो न्याय वाला सच वाला बराबरी वाला सांझीवालत वाला वो किहो जिहा वो इत्थे आपां जाहर करना है। जो समाज बेगमपुरा जिहनूं कहा गया बराबरी वाला बिना भेदभाव तो खेड़ियां वाला खुशियां वाला जिथे कोई गम नहीं जिथे सारयां दे बराबर मौके आ जिथे कोई दूजा नहीं वो गल्लां असीं वो जिउणियां आ गल्लां ही नहीं सिर्फ करनियां। वो अज लोड़ आ कि उत्थे खड़ के गुरु ग्रंथ साहिब ओहे जी विधवता पैदा होवे ओहे जे अमल आउण ओहे जिहा विचार होवे शब्द दा। अज शब्द दी जंग आ जिहड़ी दूसरी जंग सी हथियारबंद संत जरनैल सिंह भिंडरांवाले दे राह ते चलदे नौजवान ने बहुत ही खूबी नाल लड़ी ते शहादतां दित्तियां ते उच फतेह होए आ जो तुहाडे सामने चानन मनाया। अज शब्द की जंग की जरूरत आ विचारां दी अमलां दी वो साढ़े तुहाडे सारयां दे अगे राह आ। ते साढ़े असल टीचे ये ने ते एवें गल्लां नहीं आ तुहानूं राज पातशाही अकाल पुरख ने दित्ती आ वाहेगुरू जी का खालसा वाहेगुरू जी की फतेह एवें कोई बोला नहीं है। देख देख फतेह संत सिपाही किरत करो नाम जपो वंड छको ये पिछे बड़ियां सच्चाइयां ये सच्चाइयां तुहाडे अमलां तुहाडे विचारां राहीं सामने आउणियां। ते असीं उधर नूं चलीए ते जो गल हुण दी गल आ कि जिस तरीके नाल हुण अपने सुखदीप सिंह ने जिक्र किया कि जिहो जिहे समें ने सारी दुनिया ते ये बड़े अहम समय आ पिछले कुछ सालों तो अगले कुछ साल बहुत ही अहम आ। ये पुराने जिन्हें भी बनतर बनाईया सी वड्डियां ताकतां ने देशां ने ताकतवर ने वह सारिया हिल गई ने उन्होंने धुरे हिल गए आ। आर्थिक संकट आ वातावरण का संकट आ पृथ्वी के जीवन का संकट आ हर जिहड़ा मॉडल सी गौरमेंट का वह संकट दे विच आ। सब कुछ हिलजुल हो रहा है जंग कई थां शुरू हो चुकी आ जिहड़े रुक नहीं रहे सारिया कोशिशां करन दे बावजूद कई होर थां किसी वक्त भी शुरू हो सकते ने। जदों सारे तरह के चलदे सिस्टम फेल हो रहे आ उत्थे साडी होर भी जिम्मेवारी बनती तो संभावना तो संभावना भी बनदी कि जो असल सच आ जो अटल सच्चाई आ जो गुरु ग्रंथ साहिब विच राज
तो समाज का संकल्प आ सरबत भले वाला वह हूँ सब तो ज़्यादा समा कि उन्हूं तुसी जाहर करो। तो वो सब तो जरूरी यह है कि योजे समय ही कुछ कर सकते जो तुसी अपने तौर पर सूत्रबद्ध होवो कतारबद्ध होवो जथेबंद होवो जो सानू परंपरा दिती है जो सानू सिद्धांत दिता है जो सानू तरीके दिते है गुरु ने वो अनुसार असी कट्ठे होइए गुरु की हजूरी विच। इत्थे ही ये बनता कि असी एक तो पहली गल शुरू हुंदी है गलबात तो कुछ कहण सुन तो संवाद तो कि असी जिथे जिथे भी है जो जो विचारधारा पार्टियां तड़े उन्हां सारियां तो उठ के आपस विच विचार वटांदरा शुरू करिए। साडियां सांझा ही सांझा आ जिहड़ी वखरेवें बहुत थोड़े आ उन्हां दी गल नहीं करनी चाहीदी सांझ तो शुरू करनी चाहीदी है। तो ये दूसरी लड़ी आँदी कि स्थानक पद्धर से सब कुछ होना आ स्थानक पद्धर से जथे संगत कायम कीतियां जान जिथे जिथे भी पिंड नगर गुरु घर जिथे भी तुसी कर सकते हो उत्थे इस तरह तरीके जथे ते संगत कायम करो। ये हन्ने हन्ने मीरी का यही मतलब है। अज के समय कोई वड्डे जथेबंद ढांचे या एक लीडरशिप वाला बिल्कुल समा नहीं। ये स्टेट बहुत पावरफुल आ बहुत सौखे इन्हों टाउना साड़ी लीडरशिप अकाल तख्त गुरमते राही पांच सिंघां दी ओह कोई एक बंदा कोई एक जथेबंदी नहीं। तो पंथिक तौर पर सानू ये करना चाहिए जो गुरु ने सानू संस्था दिती आ अकाल तख्त की गुरमते की वह बहुत ही जरूरी है। इस वक्त उस तो बिना तुरै ही नहीं जा सकता वो साडा केंद्रीय तुरा आ वो साडे ते कुंडा आ उत्थों सेध मिलदी आ पिछले लंबे समय तो सदी तो भी उपर हो गया आ वो संस्था होर ना दे गुलामी विच आ उत्थे कुछ भी गुरमत अनुसार नहीं हो रहा कुछ परंपरा अनुसार नहीं सब कुछ गैर परंपरा ते गैर पंथिक तरीके ना हो रहा आ। वो साडा अज फर्ज बनता कि इत्थों शुरू करिए कि काल तख्त नू इन्हां प्रभावों तो मुक्त करवाइए उत्थे गुरमता ते सांझी लीडरशिप पंच प्रधानी प्रणाली राही चुन दे द्वारा बनतरा व द्वारा जतन करिए। बुनियाद आ जिथों तुर तुरना सब कुछ कोई भी राज भावें पंजाब की गल राज की गल करते हो या खालिस्तान की गल करते ये बुनियाद आ इस तो बिना तुरया ही नहीं जा सकता। इस करके बुनियाद तो तुरना चाहिए यही साड़ी बेनती है। इस करके असी सारे थां जाके संगत अगे यही अरजोई कर रहे हैं कि समय बहुत ही अहम आ ते समा खड़दा नहीं गा आपां समय नूं संभालीए सारे जने कुछ ना कुछ योगदान पाइए जिहड़े योगदान पा रहे उह पहलां तो भी ज़्यादा योगदान पाउण अपनियां छोटियां बलगलां तो उठीए ते अकाल तख्त ते गुरु की हजूरी विच ते गुरु दियां संस्थावां थले गुरमते पंच प्रधानी प्रणाली ते उत्थे इकट्ठे होई उही इकट्ठ आ उही एकता आ बंदियां ते धड़ियां दी एकता कोई एकता नहीं हुंदी। ते इत्थों साडे अगले राह खुलदे ने। वाहिगुरू जी का खालसा वाहिगुरू जी की फतेह। महाराष्ट्र विच सिख नौजवानां ते होए कातलाना हमले ते श्री अकाल तख्त साहिब जी दे जथेदार ज्ञानी हरप्रीत सिंह ने चिंता जाहर कीती है अते सरकार नूं इस दी गंभीरता समझदे होए सही जांच दी अपील भी कीती है। वाहिगुरू जी का खालसा वाहिगुरू जी की फतेह। महाराष्ट्र दे जिला परभणी दे एक पिंड उखलाद दे विच जिहड़ी घटना वापरी है इह बेहद मंदभागी घटना है। तीन सिख बच्चों भीड़ वालों बड़ी बुरी तरह बेरहमी के नाल कुटिया जाता है तो उन्होंने एक बच्चे की जिहड़ी है वह मौत हो गई। एक बच्चा बड़ी गंभीर स्थिति दे विच है जिन्हों नदेड़ साहब सचखंड श्री हजूर साहब के एक हस्पताल दे विच दाखिल करवाया गया। मैं समझदा कि भारत दे विच घट गिनतियां दे उत्ते ये हमले बड़ी चिंताजनक है। जिहड़ी नदेड़ साहब तो जानकारी प्राप्त हुई है उस मुताबक
कि ये जड़े लड़के सी बच्चे सी इन्हां दे परिवार सी ये सूर पालन दा काम जड़ा करते सी, क्योंकि उस इलाके दे विच बहुत सारे तकलीगर सिख परिवार जड़े है उस सूर पालन दा धंधा करदे है। ते सूर एक पिंड दे विच चले जांदे है, जानवर है किते भी जा सकदा है, ते ओ पिंड जड़ा है ओ मुसलमान भाईचारे दा जिहड़े सूर नूं चंगा नहीं समझदे, ते उत्थों ही इन्हां दी जिहड़ी तकरारबाजी होई। ते तकरारबाजी दे दौरान उन्हां ने इन्हां तिन बच्चियां नूं बड़ी बुरी काम तरां बेरहमी दे नाल जिहड़ा कतल कीता। भारत सरकार नूं असीं अपील करदे हां कि भारत दे अंदर जिहड़ियां घट गिणती कौमां ने, खास तौर पर असीं सिख, क्योंकि मिनोरिटी जिहड़ी है वह मनी जाती है जिहड़ी कुल प्रतिशत का 2% होवे, ते उस हिसाब दे नाल सिख जिहड़े ने भारत दे अंदर मिनोरिटी है, घट गिणती है। घट गिणतियां दे हक्कां दी, घट गिणतियां दे हकूकां दी राखी, जान माल दी राखी ये सरकार का फर्ज है। सरकार महाराष्ट्र की जिहड़ी है असीं उहनूं भी अपील करना चाहुंदे हां कि जिहड़े भी ये लोग सी घटिया किस्म की जिन्हां ने हरकत की है, बच्चे नूं जिहड़ा कुट कुट के बड़ी बेरहमी दे नाल कतल किया है, उन्हां दे खिलाफ़ सख्त तो सख्त, सख्त तो सख्त कार्रवाई जिहड़ी की जानी चाहीदी है। श्रोमणी गुरुद्वारा प्रबंधक कमेटी नूं वफद भेजना चाहीदा फौरी तौर दे उत्ते, तां जो उत्थे जा के सारे मसले की जिहड़ी है गंभीरता दे नाल जांच करे, ते जिहड़े पीड़ित परिवार है उन्हां दी सहायता दे लई भी कोई योगदान पावे। बेहद मनपाली घटना। वाहेगुरु जी का खालसा, वाहेगुरु जी की फतेह। श्रोमणी गुरुद्वारा प्रबंधक कमेटी की मंग से नैशनल काउंसिल ऑफ एजुकेशन रिसर्च एंड ट्रेनिंग ने 12वीं की नवी किताब विचों खालिस्तान का जिक्र हटाने का फैसला लिया है। अप्रैल महीने विच श्रोमणी कमेटी ने NCERT नूं पत्र लिख के इसनूं हटाने की मांग की सी। स्कूल एजुकेशन सकत्तर संजय कुमार ने इसका ऐलान करके जानकारी सांझी की है। सिख्या सकत्तर ने कहा कि 12वीं की पोलीटिक्स साइंस की किताब विच श्री आनंदपुर मते नूं खालिस्तान नाल जोड़िया गया सी। श्रोमणी कमेटी ने इसनूं हटाने की मांग की सी, जिसनूं हुण मंजूर कर लिया गया है। दरअसल श्रोमणी कमेटी ने NCERT नूं चिट्ठी लिखी सी, इस विच मांग की गई सी कि 12वीं क्लास की किताब विच खालिस्तान के जिक्र नूं हटाया जाए। इस दे नाल ही NCERT दी किताब विच उस गल दा भी जिक्र हटाया जावे जिस विच सिखां नूं वक्खवादियां दे तौर ते पेश कीता गया सी। श्रोमणी कमेटी दे प्रधान हरजिंदर सिंह धामी ने 2 महीने पहलां अप्रैल विच 12वीं दी क्लास विच किताब स्वतंत्र भारत विच राजनीति दे अंदर श्री आनंदपुर साहिब मते दे बारे गलत जानकारी देण दी गल कही सी, जिस नाल सिखां दीआं भावनावां नूं ठेस पहुंची सी। श्री आनंदपुर साहिब दे मते दी व्याख्या करदे होए उन्हां नूं वक्खवादी कहा गया सी, जो कि गलत सी। इस लई NCERT नूं इस नूं हटा लेना चाहीदा है। प्रधान धामी ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਇਤਿਹਾਸਕ ਦਸਤਾਵੇਜ਼ ਹੈ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਇਸ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕੀਤੀ ਗਈ ਸੀ। ਦੁੱਖ ਦੀ ਗੱਲ ਹੈ ਕਿ ਹਾਲਾਤ ਹੁਣ ਵੀ ਉਹੀ ਹਨ, ਸੂਬਿਆਂ ਦੇ ਅਧਿਕਾਰਾਂ ਦੀ ਅਣਦੇਖੀ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਤੇ ਇਲਜ਼ਾਮ ਲਗਾਏ ਸਨ ਕਿ ਹਿੰਦੂ ਰਾਸ਼ਟਰ ਦੀ ਭਾਸ਼ਾ ਬੋਲਣ ਵਾਲਿਆਂ ਨੂੰ ਜਾਣ ਬੁੱਝ ਕੇ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਜਦਕਿ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਉਹਨਾਂ ਦੇ ਬਾਰੇ ਗਲਤ ਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖਮੀ ਪਾਵਨ ਸਰੂਪ ਦੇ 6 ਜੂਨ ਨੂੰ ਦਰਸ਼ਨ ਕਰਵਾਏ ਜਾਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਸੰਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ ਗਈ। ਉਹਨਾਂ ਕਿਹਾ ਕਿ ਜੂਨ 1984 ਵਿੱਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕੀਤੇ ਗਏ ਫੌਜੀ ਹਮਲੇ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਸਮੇਂ ਇਸ ਵਾਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਖਮੀ ਬੀੜ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਸ਼ਹੀਦੀ ਸਮਾਗਮ ਨੂੰ ਲੈ ਕੇ ਇਕੱਤਰਤਾ ਕਰਕੇ ਫੈਸਲਾ ਲਿਆ ਹੈ। ਇਕੱਤਰਤਾ ਮਗਰੋਂ ਜਾਣਕਾਰੀ ਸਾਂਝੀ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਸੰਬੰਧੀ 4 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ, ਜਿਸ ਦਾ ਭੋਗ 6 ਜੂਨ ਨੂੰ ਪਵੇਗਾ। ਘੱਲੂਘਾਰੇ ਦੌਰਾਨ ਜ਼ਖਮੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ 6 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸੰਗਤਾਂ ਦੇ ਦਰਸ਼ਨ ਲਈ ਸੁਸ਼ੋਭਿਤ ਕੀਤੇ ਜਾਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਦਾ ਦਰਸ ਸੀ ਕੌਮ ਕਦੇ ਨਹੀਂ ਭੁੱਲ ਸਕਦੀ। ਉਹਨਾਂ ਕਿਹਾ ਕਿ ਇਹ ਦਿਹਾੜਾ ਸੀ ਕੌਮ ਲਈ ਬੇਹੱਦ ਸੰਜੀਦਾ ਅਤੇ ਭਾਵੁਕਤਾ ਵਾਲਾ ਹੈ, ਜਿਸ ਦੀ ਭਾਵਨਾ ਅਨੁਸਾਰ ਸੀ ਕੌਮ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984
एक सिखा च अजिहा जख्म आ जिन्हों सिख कदे भी भुल नहीं सकता। तो जदों भी जून का महीना आता तो हर एक सिख दियां जिहड़ियां धार्मिक भावनावां आ ਉਹ ਭਾਵਨਾਵਾਂ ਦੇ ਵਿੱਚ ਬੰਦੇ ਨੂੰ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਈ ਪੱਖਾਂ ਤੋਂ ਦੇਖ ਸੋਚ ਵਿਚਾਰ ਕੇ ਇਸ ਅਸਥਾਨ ਦੇ ਉੱਤੇ ਆ ਕੇ ਆਪਣੀ ਸ਼ਰਧਾ ਭੇਟ ਕਰਦਾ। ਕਾਂਗਰਸ ਸਰਕਾਰ ਨੇ ਉਸ ਵੇਲੇ ਸਭ ਤੋਂ ਵੱਧ ਨੁਕਸਾਨ ਜਿਹੜੇ ਸਾਡੇ ਸ਼ਰਧਾਲੂ ਵੀਰ ਚਾਹੇ ਬੀਬੀਆਂ ਸੀ ਚਾਹੇ ਬੱਚੇ ਸੀ ਜਿਹੜੇ ਯੋਧੇ ਲੜਦੇ ਸੀ ਉਹ ਤਾਂ ਲੜਦੇ ਹੀ ਸੀਗੇ ते उन्हां सारिआं नूं इन्हें मौत दे घाट उतारिआ। और इत्थों तक कि कुछ विद्वानां ने जिहड़ियां किताबां भी लिखियां उन्हां ने इस गल दा भी जिक्र कीता कि FIR दे विच उन्हां शरधालुआं नूं दर्शाया गया कि मुकाबला करदे सी पर जिसले पोस्टमार्टम लई लाशां गईआं ते उहदे विच हत्थ पिछे बन्ने होए सी। ਸੋ ਮੇਰਾ ਕਹਿਣ ਤੋਂ ਭਾਵ ਜੂਨ 1984 ਦੇ ਵਿੱਚ ਬੜੇ ਵੱਡੇ ਪੱਧਰ 'ਤੇ ਕਤਲੇਆਮ ਸਿੱਖਾਂ ਦਾ ਮਿਥ ਕੇ ਇੱਕ ਸਾਜਿਸ਼ ਤਹਿਤ ਹੋਇਆ ਅਤੇ ਇਹ ਜਿਹੜਾ ਪਹਿਲਾ ਹਫ਼ਤਾ ਜੂਨ ਦਾ ਹਰ ਇੱਕ ਸਿੱਖ ਦੀਆਂ ਭਾਵਨਾਵਾਂ ਜਿਹੜੀਆਂ ਆ ਉਹ ਪ੍ਰਘਾਟ ਦੇ ਵਿੱਚ ਆਉਂਦੀਆਂ। ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਜ਼ਖਮ ਤਾਂ ਕਦੇ ਭੁਲਾਏ ਨਹੀਂ ਜਾ ਸਕਦੇ ਪਰ ਫਿਰ ਵੀ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਲਈ 4 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਪ੍ਰੰਪਤਾ ਹੋਊਗੀ। 6 ਜੂਨ ਨੂੰ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੌਮ ਦੇ ਨਾਂ 'ਤੇ ਸੰਦੇਸ਼ ਦੇਣਗੇ। ਉਸ ਤੋਂ ਇਲਾਵਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀ ਯਤਨ ਕੀਤਾ ਕਿ 6 ਜੂਨ ਨੂੰ ਉਹ ਪਵਿੱਤਰ ਸਰੂਪ ਜਿਸ ਪਵਿੱਤਰ ਸਰੂਪ ਦੇ ਵਿੱਚ ਜ਼ਾਲਮ ਸਰਕਾਰ ਨੇ ਗੋਲੀਆਂ ਮਾਰੀਆਂ ਜ਼ਖਮੀ ਕੀਤਾ ਸਰੂਪ ਸੋ ਸਿੱਖ ਕੌਮ ਨੂੰ ਵੀ ਚੇਚੇ ਤੌਰ 'ਤੇ ਬੇਨਤੀ ਕਰਦਾ ਕਿ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਨੇ ਹਾਂ ਉੱਥੇ ਗੁਰੂ ਚਰਨਾਂ ਦੇ ਵਿੱਚ ਆ ਕੇ ਆਪਾਂ ਨਤਮਸਤਕ ਵੀ ਹੋਣਾ ਤਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ। ਇਹ ਜਿਹੜੇ ਸ਼ਹੀਦ ਹੁੰਦੇ ਆ ਕੌਮ ਦਾ ਸਰਮਾਇਆ ਹੁੰਦੇ ਆ ਅਤੇ ਚੇਚੇ ਤੌਰ ਦੇ ਉੱਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਮਰਦੇ ਮਜਾਹਦ ਇਸ ਪਵਿੱਤਰ ਧਰਤੀ ਅਤੇ ਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਮਤ ਲਈ ਆਪਣੀ ਸ਼ਹੀਦੀ ਦਿੱਤੀ ਉਹਨਾਂ ਦੇ ਨਾਲ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਮਾਣਯੋਗ ਸਪੁੱਤਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਦੇ ਨਾਲ ਭਾਈ ਠਾਰਾ ਸਿੰਘ ਜੀ ਔਰ ਉਹਨਾਂ ਦੇ ਨਾਲ ਭਾਈ ਸ਼ਵੇਕ ਸਿੰਘ ਜੀ ਜਿਹੜੇ ਜਨਰਲ ਸਾਹਿਬ ਆ ਅਤੇ ਹੋਰ ਵੀ ਅਨੇਕਾਂ ਸਿੱਖ ਜਿਨ੍ਹਾਂ ਨੇ ਉਹ ਸ਼ਹੀਦੀਆਂ ਦਿੱਤੀਆਂ ਉਹਨਾਂ ਨੂੰ ਸਿੱਖ ਪੰਥ ਹਮੇਸ਼ਾ ਹੀ ਯਾਦ ਕਰਦਾ ਅਤੇ ਯਾਦ ਕਰਦਾ ਰਹੂਗਾ। ਗੁਰੂ ਸਾਹਿਬ ਕਿਰਪਾ ਅਤੇ ਬਖਸ਼ਿਸ਼ ਕਰਨ। ਇਹ ਜੂਨ ਦਾ ਮਹੀਨਾ ਜਿੱਦਾਂ ਧੁੱਪ ਤਪਦੀ ਆ ਉੱਦਾਂ ਹੀ ਸਿੱਖਾਂ ਦੇ ਅੰਦਰ ਉਹ ਜੂਨ 84 ਦੀ ਤਪਸ਼ ਜਿਹੜੀ ਆ ਉਹ ਅੰਦਰ ਝਲਕਾਰ ਮਾਰਦੀ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੰਯੁਕਤ ਕਿਸਾਨ ਮੋਰਚਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਵਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਹੈ। ਪਰੇਸ਼ਾਨ ਹੋ ਕੇ ਗੰਗਾ ਵਿੱਚ ਮੈਡਲ ਵਹਾਉਣਗੇ ਖਿਡਾਰੀਆਂ ਦੀ ਹਿਮਾਇਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸਾਡੇ ਦੇਸ਼ ਦੇ ਕੌਮਾਂਤਰੀ ਮੈਡਲ ਜੇਤੂ ਪਹਿਲਵਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਦੁਖੀ ਹੋ ਕੇ ਆਪਣੇ ਮੈਡਲ ਗੰਗਾ ਵਿੱਚ ਵਹਾਉਣਾ ਦੇਸ਼ ਦੇ ਲਈ ਸ਼ਰਮਨਾਕ ਹੈ। ਜੇਕਰ ਸਮੇਂ ਰਹਿੰਦੇ ਆਵਾਜ਼ ਨਾ ਚੁੱਕੀ ਗਈ ਤਾਂ ਅਗਲੀ ਵਾਰ ਦੇਸ਼ ਦੇ ਲੋਕਤੰਤਰ ਦੀ ਅਸਥੀਆਂ ਵਹਾਉਣ ਦਾ ਸਮਾਂ ਆ ਜਾਵੇਗਾ। ਉੱਧਰ SKM ਨੇ ਪੂਰੇ ਦੇਸ਼ ਵਿੱਚ ਖਿਡਾਰੀਆਂ ਦੀ ਹਿਮਾਇਤ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਪਹਿਲਵਾਨਾਂ ਦੇ ਹੱਕ ਵਿੱਚ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
उन्हें कहा कि बीजेपी के आगू ब्रिजभूषण शरण सिंह के माड़े कारनामों खिलाफ प्रदर्शन करने का खिडारियों को लोकतांत्रिक अधिकार है पर उसनों दबाया जा रहा है। इस खिलाफ SKM खिडारियों के नाल है और 1 जून 2023 पूरे देश में वड्डे पद्धर से प्रदर्शन किया जाएगा। जिला और तहसील पद्धर से ब्रिजभूषण शरण सिंह के पुतले साड़े जाएंगे। इस तों इलावा SKM ने कहा कि वह होर ट्रेड यूनियन नौजवान विद्यार्थियों और बुद्धिजीवियों को भी इस अंदोलन में शामिल होने का सद्दा देते हैं। SKM ने मांग की कि पहलवाना खिलाफ दर्ज FIR फौरन खारिज किया जाए, नहीं तो वह 5 जून मीटिंग करके नवा प्लान तैयार करेंगे। SKM ने कहा कि जिस तरह 28 मई पहलवाना के प्रदर्शन दौरान उन्होंने वतीरा किया गया है उसका वह सख्त शब्दों में विरोध करते हैं। जथेबंदी ने खिडारियों खिलाफ दर्ज हुई FIR भी शर्मनाक दसिया है। संयुक्त किसान मोर्चे ने कहा कि मोदी सरकार ने जिस तरह नाल धरने पर बैठिया महिला पहलवाना के शरीरक शोषण के इल्जामों नज़रअंदाज किया है और उन्होंने खिलाफ एक्शन लिया है वह सरकार के महिला विरोधी एजेंडे उजागर करता है। मोर्चे ने सुप्रीम कोर्ट के राकेश वैष्णव केस का हवाला देते हुए कहा कि शांति नाल प्रदर्शन करना नागरिकों का लोकतांत्रिक अधिकार है। पंजाब यूनिवर्सिटी चंडीगढ़ वालों ग्रैजुएशन कोर्स विचों पंजाबी नू लाजमी विषय वजों खत्म करन दी श्रोमणी अकाली दल ने सख्त शब्दों विच निंदा कीती है। श्रोमणी अकाली दल दे आगू दलजीत सिंह चीमा ने इस नू पंजाब अते पंजाबियों नाल धोखा करार दिता है। उन्हां ने सैनेट नू अपने इस फैसले नू मुड़ विचारन दी अपील भी कीती है। पंजाब यूनिवर्सिटी जिहड़ी पंजाब दी धरती दे उत्ते वसी हुई पंजाब दी राजधानी दे विच मौजूद है और जिस यूनिवर्सिटी के नाल अज भी 200 तो वध पंजाब के कॉलेज जिहड़े है वह अफिलिएटड है उस यूनिवर्सिटी के विच ग्रैजुएशन तक BA दे विच पंजाबी नू लाजमी सबजैक्ट वजो जिहड़ी है वह खत्म करके ते उन्नू एलिजिबिलिटी एनहांसमेंट कैटेगरी दे विच पा दिता गया। मैं महसूस करदा कि यह पंजाबी माँ बोली दे नाल बहुत वड्डी बेइंसाफी है, बहुत वड्डा धक्का। हाले कल असी जिहड़ा आल इंडिया रेडियो ने सारा पंजाबी दा स्टाफ चंडीगढ़ दे विचों कढ के ते एक साजिश तहत जलंधर भेजिया, हाले असी उहदी गल कर रहे सी कि पंजाबी दे नाल वितकरा हो रहा है साजिश तहत पंजाब दा चंडीगढ़ तो क्लेम खत्म करन दे वास्ते ते आल इंडिया रेडियो दा सारा पंजाबी दा स्टाफ जिहड़ा उहनूं जलंधर धक्के नाल भेज दिता गया। हाले वह गल पूरी नहीं हुई ते अज दूजा झटका जिहड़ा वह पंजाब यूनिवर्सिटी दी जिहड़ी सिंडीकेट है उहने लाता। पहला तो मैं सारी सिंडीकेट के सत्कारयोग मैंबरों भी पुछना चाहना तो वाइस चांसलर भी पुछना चाहना कि जे पंजाब की धरती से पंजाब के पिंड उजाड़ के जिस जगह के उत्ते पंजाब यूनिवर्सिटी बनी है जिदे 200 कॉलेज पंजाब का जे ये यूनिवर्सिटी जिहड़ी है कॉलेज के विच पंजाबी नहीं पढ़ाएगी तो फिर पंजाब के बच्चे पंजाबी पढ़ने वास्ते दूजे देशों जाया करेंगे। बड़ी हैरानी की गल, तुसी उस धरती नहीं भुट गए जिस धरती के उत्ते यूनिवर्सिटी की स्थापना हुई है। तुहाडा मकसद स्थापना का सी पंजाब की बोली नू साडी मां बोली नू साडे कल्चर नू साडे इतिहास नू दुनिया तक पहुँचाउणा ते असी एड्डी वड्डी ईरखा अपनी पंजाबी मां बोली दे नाल करन लग गए। इहो जिहे फैसले असी कुर्सियां ते बैठ के लैण लग गए कि पंजाबी नूं असीं अपने कालजां दे विच्चों हमेशा वास्ते खत्म करना जिहड़ा उह शुरू काम कर दिता। जदों पंजाबी सूबे दा जिहड़ा पुनर्गठन होया सी सूबिआं दा उस वेले हिमाचल दे कालज भी इहदे नाल जुड़े सी, हरियाणे दे कालज भी इहदे नाल जुड़े सी। तिन्नां स्टेटां दा फैसला होया सी कि तिन्ने अपने पैसे जिहड़े आ इस यूनिवर्सिटी नूं दिआ करनगे। हरियाणे ने भी अपने कालज इहदे नाल लाड़े, हिमाचल ने भी अपने कॉलेज ला के तो शिमला दे विच अपनी यूनिवर्सिटी बना ली। पैसे भी दोनों स्टेटां ने देने बंद कर दिते पर पंजाब सरकार आ जिहड़ी अज तक भी ग्रांट जिहड़ी है वह पंजाब यूनिवर्सिटी नूं देंदी है क्योंकि इहदा नाम पंजाब यूनिवर्सिटी है। बड़ी हैरानी की गल, केंद्र सरकार ग्रांट देंदी है जां पंजाब सरकार देंदी है। तुसीं सारा कुछ ही भुल के तो साडी मां बोली दे पिछे जिहड़ा हाथ धो के पै गए। इस करके मैं वाइस चांसलर नूं भी ते सारे जिहड़े उहदी
सिंडीकेट के मैंबर साहबान उन्होंने बेनती करता कि इमीजिएट मीटिंग करके इस फैसले को रिवर्स करो। मैं क्लीयर कट चेतावनी देना कि कभी भी पंजाब की जनता ये तुहाडा पंजाबी विरोधी फैसला स्वीकार नहीं करेगी। इस तो पहला कि जनता उठे तुहानू मैं कहना चाहुंदा कि यह हुण सारा पानी जिहड़ा सिरां तों लंघ चुकिया एक तो बाद एक जिहड़े पंजाब विरोधी फैसले होए आ इन्हां नूं हुण बर्दाश्त नहीं किया जा सकता। इस करके अपने आप अपनी जमीर की आवाज़ सुनो और मैं सारे इन्हां कालजां दे नाल जिहड़ा स्टाफ जुड़िया होया जिहड़े स्टूडेंट जुड़े होए और पंजाब यूनिवर्सिटी के स्टाफ को भी बेनती करता कि यह जिहड़ा एक तानाशाही फैसला इन्हें सिंडीकेट ने किया ये वास्ते तुहानू भी मजबूर करना चाहिए सिंडीकेट नूं कि अपना फैसला जिहड़ा वह वापस लवे। और श्रोमणी अकाली दल इस फैसले दे नाल बिल्कुल सहमत नहीं, असीं इहनूं कंडैम करते हाँ। इनू वापस कराने वास्ते जो भी कुछ सानू करना पिया हर हीले असी करांगे पर असी रिक्वेस्ट करते हैं कि यूनिवर्सिटी नू अपनी जिम्मेवारी समझनी चाहिए आ। जिन्हां लोगों ने भी ये फैसला किया मैं तो कहना उन्होंने सिंडीकेट च बने रहने हक ने। जे तुसी मां बोली नू भी विच बैठ के सिंडीकेट दे अपने नहीं बचा सकते तो तुहानू इस यूनिवर्सिटी के सिंडीकेट दे विच बने रहने का भी कोई हक नहीं। इस करके जनता इहदा विरोध करेगी ये मैं क्लीयर कट कहना। पार्टी भी साड़ी डट के दा विरोध करेगी पर चंगा होएगा कि जे अपने आप यूनिवर्सिटी जिहड़ी है ये फैसले बदले क्योंकि लगातार चंडीगढ़ दे विच पंजाबी जिहड़ी मां बोली इन्हें धक्का किया जा रहा जिहड़ी साड़ी 60-40 की रेशो सी वह खराब कर दी। जे जे बी टी टीचर भर्ती करने सी ते पंजाबी की शर्त इत्थे खत्म करती 2018 दे विच उदों असीं रौला पाया ते फिर दोबारा पंजाबी की शर्त इत्थे लागू कराई। आज चंडीगढ़ च देख लो कि पंजाबी कितें लभण नूं नहीं मिलती। भाषा उन्होंने अपनी जिहड़ी है सरकारी वह अंग्रेजी नूं बना लिया। इस करके ये धक्के एक तो बाद लगातार इन्ने हो गए कभी आल इंडिया रेडियो का शिफ्ट कर दिओ कभी दूजा कर दिओ। मैं केंद्र सरकार नूं भी कहना चाहुंदा यूटी एडमिनिस्ट्रेशन नूं भी कहना चाहुंदा कि इन्हां चीज़ां दे उत्ते तुरंत रोक लैनी चाहीदी आ क्योंकि इहदे नाल लोकां दीआं भावनावां वी हट। मैं तो कहना भी यह तुहानूं हुण सारिआं नूं पहलां जाके जिन्होंने फैसला किया उन्हां नूं पुछना चाहिए कि पंजाब दा 200 कॉलेज है तुसीं सारे पंजाब दे विच्चों लाजमी जिहड़ी पंजाबी आ खत्म करन जा रहे ते कित्थे जाके पंजाब दे स्टूडेंट जिहड़े आ पंजाबी पढ़नगे। यूनिवर्सिटी अपनी जिम्मेवारी तों भज रही है ये किद्दां हो सकदा। अज तक पंजाब सरकार जिहड़ी आ अपनी ग्रांट इस यूनिवर्सिटी नूं दिंदी है फिर भी आपां अपनी जिम्मेवारी तों जे इदां भज्जांगे इहदा मतलब असीं पंजाबी मां बोली तों मुड़कर हो रहे ते साडे नाल पंजाब लफ्ज़ फिर लग्गिया सोहणा लगदा। जे असीं इहो जिहे पंजाबी विरोधी फैसले करदे हाँ तो ना साडा पंजाब यूनिवर्सिटी है तो सारी दुनिया साडे बारे की सोचे। इस करके बहुत मंदभागी गल है। मैं उम्मीद करदा कि वह अपने आप ही इमीजिएटली इस फैसले को रिव्यू करेंगे तुरंत भावें एमरजेंसी मीटिंग करे करके ये फैसला वापस लेना चाहिए। तकरीबन एक दहाके तो बाद श्रोमणी गुरुद्वारा प्रबंधक कमेटी दीयां चोणां जल्द हो सकदियां हन। चोण कमिशन ने इस नूं लैके सरगर्मियां तेज कर दित्तियां हन। चीफ कमिश्नर गुरुद्वारा चोण रिटायर्ड जस्टिस SS सारू ने पंजाब दे मुख सकत्तर वधीक सकत्तर गृह विभाग सूबे दे सारे डिप्टी कमिश्नरां नूं निर्देश जारी करके हदायतां दित्तियां हन कि उह जल्द तों जल्द श्रोमणी कमेटी दीयां चोणां दे लई वोटरां दी लिस्ट तैयार करे। गुरुद्वारा चोण कमिशन वालों सिख गुरुद्वारा एक्ट 1925 की धारा 48 सैक्शन 49 अधीन वोटरां दी लिस्ट तैयार करन दे निर्देश दिते गए हन। धारा 48 मुताबक वोटरां दी लिस्ट हल्के दे हिसाब नाल तैयार की जाएगी। हल्के दे वोटर वजो रजिस्टर होण दे हकदार सारे व्यक्तियों दे नां दर्ज किए जाणगे। वोटरां दीआं योगतावां सैक्शन 49 विच दसियां गईआं हन। सैक्शन 49 दे मुताबक हरेक व्यक्ति नूं चोण लई गठित कीते गए हल्के दी वोटर सूची जां बोर्ड दे मैंबर जां मैंबर जो उस हल्के दा निवासी होना जरूरी है। वोट रजिस्टर करवाउण दे लई तहसीलदार जां फिर DC दफ्तर नाल संपर्क कीता जा सकेगा। गुरुद्वारा चोण कमिशन ने वोटर दे रजिस्ट्रेशन दे लई 3 अहम शर्तां भी रखियां हन। वोटर अपनी दाढ़ी जां केसां नूं कटदा जां शेव ना करदा होवे, सिगरट ना पींदा होवे, शराब ना पींदा होवे। श्रोमणी कमेटी दीआं चोणां अखीरली वार केंद्र सरकार दे निर्देशां ते 2011 विच होईआं सन। श्रोमणी अकाली दल ने इस विच 49 फिर जित हासिल कीती सी पर सहजधारी जथेबंदी ने वोटिंग दे अधिकार तों वांझा रखण दी वजह करके इस नूं पंजाब हरियाणा हाई कोर्ट विच चुनौती दित्ती सी। गुरद्वारा एक्ट 1925 अधीन सहजधारियां दे वोटिंग अधिकार होण दी वजह करके अदालत ने सहजधारी जथेबंदी दे हक विच फैसला सुनाया अते 2011
ਸ਼ਹਿਰਾਂ ਦੀਆਂ ਚੋਣਾਂ ਨੂੰ ਰੱਦ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਤਾਂ ਅਦਾਲਤ ਨੇ ਹਾਈਕੋਰਟ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਅਤੇ 2007 ਤੋਂ ਚੱਲ ਰਹੀ ਕਮੇਟੀ ਨੂੰ ਫੈਸਲੇ ਤੱਕ ਕੰਮ ਕਰਨ ਦੇ ਨਿਰਦੇਸ਼ ਦਿੱਤੇ। 2016 ਵਿੱਚ ਮੋਦੀ ਸਰਕਾਰ ਨੇ ਅਕਾਲੀ ਦਲ ਦੀ ਸਿਫਾਰਿਸ਼ 'ਤੇ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਸਹਿਜਧਾਰੀ ਦੇ ਵੋਟਿੰਗ ਅਧਿਕਾਰ ਖਤਮ ਕਰ ਦਿੱਤੇ। ਇਸ ਤੋਂ ਕੁਝ ਹੀ ਦਿਨ ਬਾਅਦ ਜਦੋਂ ਸੁਣਵਾਈ ਹੋਈ ਤਾਂ ਸ਼੍ਰੋਮਣੀ ਕਮੇਟੀ ਨੇ ਕੇਂਦਰ ਦੇ ਫੈਸਲੇ ਬਾਰੇ ਕੋਰਟ ਨੂੰ ਜਾਣਕਾਰੀ ਦਿੱਤੀ ਅਤੇ ਫਿਰ ਅਦਾਲਤ ਨੇ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ 2011 ਦੀ ਚੁਣੀ ਹੋਈ ਕਮੇਟੀ ਨੂੰ ਮਨਜ਼ੂਰੀ ਦਿੱਤੀ। ਜਦੋਂ ਸੁਪਰੀਮ ਕੋਰਟ ਦਾ 2016 ਵਿੱਚ ਫੈਸਲਾ ਆਇਆ ਤਾਂ ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਹੁਣ ਜਲਦ ਤੋਂ ਜਲਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ, ਪਰ ਅਕਾਲੀ ਦਲ ਦਾ ਤਰਕ ਸੀ ਕਿ ਕਿਉਂਕਿ 2011 ਦੀ ਕਮੇਟੀ ਨੂੰ ਸੁਪਰੀਮ ਕੋਰਟ ਨੇ 2016 ਵਿੱਚ ਮਨਜ਼ੂਰੀ ਦਿੱਤੀ ਹੈ, ਇਸ ਲਈ 5 ਸਾਲ ਦਾ ਕਾਰਜਕਾਲ ਹੁਣ ਸ਼ੁਰੂ ਹੋਵੇਗਾ। ਪਰ 2021 ਵਿੱਚ 2011 ਵਾਲੀ ਕਮੇਟੀ ਦਾ ਕਾਰਜਕਾਲ ਵੀ ਖਤਮ ਹੋ ਗਿਆ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਪਰ ਹੁਣ ਜਿਸ ਤਰ੍ਹਾਂ ਨਾਲ ਗੁਰਦੁਆਰਾ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਪੰਜਾਬ ਸਰਕਾਰ ਨੂੰ ਵੋਟਰ ਲਿਸਟ ਬਣਾਉਣ ਦੇ ਨਿਰਦੇਸ਼ ਦਿੱਤੇ ਹਨ, ਜਲਦ ਹੀ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਸਕਦੀ ਹੈ। ਮੌਜੂਦਾ ਸਿਆਸੀ ਹਾਲਾਤਾਂ ਨੂੰ ਵੇਖਦੇ ਹੋਏ ਅਕਾਲੀ ਦਲ ਦੇ ਲਈ ਇਸ ਵਾਰ ਦੀ ਸ਼੍ਰੋਮਣੀ ਕਮੇਟੀ ਦੀ ਚੋਣ ਆਸਾਨ ਨਹੀਂ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਾਰਾਸ਼ਟਰ ਵਿੱਚ ਸਿੱਖ ਨੌਜਵਾਨਾਂ 'ਤੇ ਹੋਏ ਕਾਤਲਾਨਾ ਹਮਲੇ 'ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ ਮਾਲੀ, ਕਾਨੂੰਨੀ ਅਤੇ ਡਾਕਟਰੀ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਸਹਿਮਤੀ ਜਤਾਉਂਦੇ ਹੋਏ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਤਿਆਰ ਹੈ। ਜਿਹੜੇ ਸਾਡਾ ਮਹਾਰਾਸ਼ਟਰ ਦੇ ਇੰਚਾਰਜ ਹੈ ਅਕਾਲੀ ਦਲ ਦੇ, ਉਹਨਾਂ ਦੀ ਟੀਮ ਉੱਥੇ ਪਹੁੰਚ ਰਹੀ ਹੈ। ਇੱਕ ਤਾਂ ਅਕਾਲੀ ਦਲ ਤਰਫੋਂ ਅਸੀਂ 2 ਲੱਖ ਰੁਪਇਆ ਜੋ ਵਿਚਾਰੇ ਜਿਹੜੇ ਜਿਨ੍ਹਾਂ ਦੀ ਨੌਜਵਾਨ ਬੱਚੇ ਨੂੰ ਜੋ ਮਾਰੇ ਗਏ ਮਰ ਗਿਆ ਉਹਦੇ 2 ਲੱਖ ਪਰਿਵਾਰ ਨੂੰ ਅਤੇ 1 ਲੱਖ ਰੁਪਇਆ ਜਿਹੜਾ ਇੰਜਰਡ ਹੈ, ਅਤੇ ਅਸੀਂ ਮਹਾਰਾਸ਼ਟਰ ਦੀ ਆਪਣੀ ਟੀਮ ਨੂੰ ਕਿਹਾ ਕਿ ਲੀਗਲ ਜੋ ਐਕਸ਼ਨ ਲੈਣਾ ਪਏ ਪੁਲਿਸ ਕੋਲ ਜਾਓ, ਜੋ ਸਹਾਇਤਾ ਦੇਣਾ ਪਏ ਕਰੋ, ਆਪਾਂ ਉਹਨਾਂ ਦੀ ਪੂਰੀ ਮਦਦ ਕਰਨੀ ਹੈ। ਅਤੇ ਮੈਂ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਨਾਲ ਵੀ ਮੈਂ ਗੱਲ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ 24 ਘੰਟੇ ਤਿਆਰ ਹੈ, ਜਦੋਂ ਮਰਜ਼ੀ ਇਲੈਕਸ਼ਨ ਕਰਾਉਣਾ ਚਾਹੁਣ ਅਸੀਂ ਤਿਆਰ ਹੈ। ਆ ਸਰਕਾਰ 'ਤੇ ਨਿਰਭਰ ਹੈ ਜਦੋਂ ਕਰਾਉਣਾ, ਅਸੀਂ ਤਾਂ ਤਿਆਰ ਹੈ। ਮੈਨੂੰ ਲੱਗਦਾ MLA-ਆਂ ਨੂੰ ਨਹੀਂ ਪਤਾ ਕਿਹੜਾ ਮੰਤਰੀ ਹੈ, ਹਾਲਾਤ ਹੈ ਨਾਲ ਦੇ ਇੱਕ MLA ਨੂੰ ਪਤਾ ਕਿ ਦੂਜਾ ਵੀ MLA ਹੈ। ਇਹ ਜੀ ਨਲਾਇਕ ਸਰਕਾਰ ਪੰਜਾਬ ਨੂੰ ਅੱਜ ਤੱਕ ਨਹੀਂ ਕੋਈ ਦੇ ਸਕਦਾ, ਮਤਲਬ ਕਿਸੇ ਸੂਬੇ 'ਚ ਇਹੋ ਜਿਹੀ ਮਾੜੀ ਸਰਕਾਰ ਨਹੀਂ ਹੋ ਸਕਦੀ ਜਿਹੋ ਜਿਹੀ ਆਪਣੇ ਪੰਜਾਬ 'ਚ ਹੈ। ਅੱਜ ਹਾਲਾਤ ਜੋ ਪੰਜਾਬ ਦੇ ਹੈ, ਮੈਨੂੰ ਦੁੱਖ ਲੱਗਦਾ ਕਿ ਪੰਜਾਬ ਦਾ ਬਣੂ ਕੀ ਇਹਨਾਂ ਦੀ ਲੀਡਰਸ਼ਿਪ। ਮਾਨ ਸਾਹਿਬ ਵੱਲੋਂ ਲਗਾਤਾਰ ਆਰੋਪ ਜਿਹੜਾ ਚੰਨੀ ਸਾਹਿਬ ਤੇ ਲਾਇਆ ਜਾ ਰਿਹਾ ਕਿ ਉਹਨਾਂ ਨੇ ਜਿਹੜਾ ਮਾਨ ਸਾਹਿਬ ਕੋਲੇ ਜੋ ਆਰੋਪ ਨਾ ਲਾਇਆ ਕਰਨ, ਸਬੂਤ ਦਿਆ ਕਰਨ।